ਸ਼ਰੀ ਗਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਮੂਸੇਵਾਲਾ ਦੇ ਕਤਲ ਤੋਂ ਇੱਕ ਦਿਨ ਪਹਿਲਾਂ ਗੋਲਡੀ ਨੇ ਸ਼ੂਟਰ ਫੌਜੀ ਨੂੰ ਕਹੀਆਂ ਸੀ ਇਹ ਗੱਲਾਂ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ ਸ਼ੂਟਰ ਪ੍ਰਿਆਵਰਤ ਫੌਜੀ ਅਤੇ ਕੈਨੇਡਾ ਬੈਥੇ ਮਾਸਟਰਮਾਈਂਡ ਗੋਲਡੀ ਬਰਾੜ ਵਿਚਾਲੇ ਕਤਲ ਤੋਂ ਇੱਕ ਦਿਨ ਪਹਿਲਾਂ ਗੱਲਬਾਤ ਹੋਈ ਸੀ ਜਿਸ ਦੀ ਰਿਕਾਰਡਿੰਗ ਦੇ ਵਿੱਚ ਬਰਾੜ ਸ਼ੂਟਰ ਨੂੰ ਕਹਿ ਰਿਹਾ ਕਿ ਸੁਰੱਖਿਆ ਕੇਰਾ ਖਤਮ ਹੋ ਗਿਆ ਹੈ ਫੌਜੀ ਕੰਮ ਕੱਲ੍ਹ ਹੀ ਕਰਨਾ ਹੈ ਉਹ ਗੋਲਡੀ ਬਰਾੜ ਨੂੰ ਡਾਕਟਰ ਕਹਿ ਰਿਆ ਸੀ 29 ਮਈ ਨੂੰ ਪੜਿਆਵਰ ਤੋਂ ਫੌਜੀ ਅੰਕਤ ਸਿਰਸਾ ਤੇ ਕੇਸ਼ਵ ਦੀਪਕ ਮੁੰਡੀ ਤੇ ਕਸ਼ਿਸ਼ ਹਰਿਆਣਾ ਵਿੱਚ ਮਿਲੇ ਤੇ ਫਿਰ ਮਾਨਸਾ ਦੇ ਲਈ ਨਿਕਲੇ ਬਾਅਦ ਵਿੱਚ ਉਹ ਗੋਲਡੀ ਬਰਾੜ ਦੇ ਕਹੇ ਮੁਤਾਬਕ ਟਾਂਬੇ ਤੇ ਪਹੁੰਚ ਗਏ ਤੇ ਕਤਲ ਵਾਲੇ ਦਿਨ ਸ਼ਾਮ 4:30 ਵਜੇ ਦੇ ਕਰੀਬ ਗੋਲਡੀ ਬਰਾੜ ਨੇ ਸ਼ੂਟਰਾਂ ਨੂੰ ਫੋਨ ਕੀਤਾ ਤੇ ਕਿਹਾ ਮੂਸੇ ਵਾਲਾ ਘਰੋਂ ਬਾਹਰ ਜਾ ਰਿਹਾ ਉਸ ਨੇਮ ਸ਼ੂਟਰਾਂ ਨੂੰ ਮੂਸੇ ਵਾਲੇ ਦੀ ਗੱਡੀ ਦਾ ਪਿੱਛਾ ਕਰਨ ਲਈ ਕਿਹਾ ਸ਼ੂਟਰਾਂ ਨੇ ਮੂਸੇ ਵਾਲੇ ਦੀ ਐਸਯੂਵੀ ਦਾ ਪਿੱਛਾ ਕੀਤਾ ਜਾਨੀ ਕਿ ਉਸਦੀ ਥਾਰ ਦਾ ਪਿੱਛਾ ਕੀਤਾ ਤੇ ਕੁਝ ਦੇਰ ਦੇ ਬਾਅਦ ਮੂਸੇ ਵਾਲੇ ਦੀ ਬਲੇਰੋ ਗੱਡੀ ਗੱਡੀ ਬਲੇਰੋ ਨਾਲ ਰੋਕ ਲਈ ਗਈ ਜਿਸਨ ਵਿੱਚ ਸ਼ੂਟਰ ਸਨ ਸ਼ੂਟਰਾਂ ਨੇ ਗੱਡੀ ਵੀ ਮੂਸੇ ਵਾਲਾ ਦੀ ਗੱਡੀ ਕੋਲ ਪਹੁੰਚ ਗਈ ਤੇ ਫਿਰ ਉਸਤੇ ਗੋਲੀਆਂ ਮਾਰ ਦਿੱਤੀਆਂ ਦੋਸਤੋ ਸ਼ਰੀਆਮ ਬਾਜ਼ਾਰ ਦੇ ਵਿੱਚ ਉਸ ਦਾ ਕਤਲ ਕਰਕੇ 29 ਮਈ ਨੂੰ ਮੂਸੇਵਾਲ ਦੇ ਕਤਲ ਤੋਂ ਬਾਅਦ ਰਿਕਾਰਡ ਕੀਤੀ ਗਈ ਇੱਕ ਹੋਰ ਗੱਲਬਾਤ ਵਿੱਚ ਫੌਜੀ ਨੇ ਡਾਕਟਰ ਨੂੰ ਫੋਨ ਕੀਤਾ ਤੇ ਕਿਹਾ ਕੰਮ ਕਰ ਦਿੱਤਾ ਹੈ ਦੱਸ ਦਈਏ 30 ਮਈ ਨੂੰ ਗੋਲਦੀ ਬਰਾੜ ਨੇ ਫੇਸਬੁੱਕ 'ਤੇ ਪੋਸਟ ਰਾਹੀਂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਸੀ ਕਿ ਵਿੱਕੀ ਮਿੱਡੂ ਖੜਾ ਦੇ ਕਤਲ ਦਾ ਬਦਲਾ ਲੈਣ ਵਾਸਤੇ ਅਸੀਂ ਇਹ ਮਰਡਰ ਕੀਤਾ ਹੈ ਧੰਨਵਾਦ